Hey guys, subscribe and press the bell icon to never miss a video from Gabru. ਸਾਡੀ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਦੇ ਵਿੱਚ ਅਸੀਂ ਕਈ ਬਾਇਓਪਿਕ ਮੂਵੀਜ਼ ਨੂੰ ਇੰਜੋਏ ਕਰ ਚੁੱਕੇ ਹਾਂ, ਜਿਵੇਂ ਕਿ ਹਰਜੀਤਾ ਤੇ ਸੂਰਮਾ। ਤੇ ਅੱਜ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਜਲਦ ਹੀ ਅਸੀਂ ਇੱਕ ਹੋਰ ਬਾਇਓਪਿਕ ਮੂਵੀ ਨੂੰ ਇੰਜੋਏ ਕਰਾਂਗੇ, ਜੋ ਕਿ ਬਣਾਈ ਜਾਵੇਗੀ ਪੰਜਾਬੀ 뮤직 ਇੰਡਸਟਰੀ ਦੇ ਲੈਜੈਂਡਰੀ ਸਿੰਗਰ ਕੁਲਦੀਪ ਮਾਣਕ ਤੇ। ਕੁਲਦੀਪ ਮਾਣਕ ਨੂੰ ਸਾਡੀ ਪੰਜਾਬੀ 뮤직 ਇੰਡਸਟਰੀ ਦੇ ਕਲੀਆਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ, ਜਿਨ੍ਹਾਂ ਨੇ ਕਈ ਆਰਟਿਸਟ ਨੂੰ ਮੋਟੀਵੇਟ ਕੀਤਾ ਹੈ। ਤੇ ਇੱਕ ਆਰਟਿਸਟ ਇਹੋ ਜਿਹੇ ਨੇ ਜੋ ਉਹਨਾਂ ਨੂੰ ਆਪਣਾ ਗੁਰੂ ਮੰਨਦੇ ਹਾਂ, ਤੇ ਉਹ ਆਰਟਿਸਟ ਹੋਰ ਕੋਈ ਨਹੀਂ, ਉਹ ਨੇ ਸਾਡੀ ਪੰਜਾਬੀ 뮤직 ਇੰਡਸਟਰੀ ਦੇ ਅਮੇਜ਼ਿੰਗ ਸਿੰਗਰ ਜੈਜ਼ੀ ਬੀ। ਤੇ ਅੱਜ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਜੈਜ਼ੀ ਬੀ ਕੁਲਦੀਪ ਮਾਣਕ ਦੇ ਬਾਇਓਪਿਕ ਦੇ ਵਿੱਚ ਇੱਕ ਬਹੁਤ ਹੀ ਅਹਿਮ ਰੋਲ ਪਲੇ ਕਰਦੇ ਹੋਏ ਨਜ਼ਰ ਆਉਣਗੇ। ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ ਜੈਜ਼ੀ ਬੀ ਕੁਲਦੀਪ ਮਾਣਕ ਨੂੰ ਆਪਣਾ ਗੁਰੂ ਮੰਨਦੇ ਨੇ, ਤੇ ਜਿੱਥੇ ਵੀ ਉਹ ਪਰਫਾਰਮ ਕਰਦੇ ਨੇ ਉਹਨਾਂ ਦਾ ਜ਼ਿਕਰ ਉਹ ਜ਼ਰੂਰ ਕਰਦੇ ਨੇ। ਤੇ ਸਾਨੂੰ ਤਾਂ ਇਹੀ ਲੱਗਦਾ ਹੈ ਕਿ ਕੁਲਦੀਪ ਮਾਣਕ ਦੀ ਬਾਇਓਪਿਕ ਦੇ ਵਿੱਚ ਜੈਜ਼ੀ ਬੀ ਕੁਲਦੀਪ ਮਾਣਕ ਦਾ ਹੀ ਰੋਲ ਪਲੇ ਕਰਦੇ ਹੋਏ ਨਜ਼ਰ ਆਉਣਗੇ। ਇਸ ਬਾਇਓਪਿਕ ਨੂੰ ਡਾਇਰੈਕਟ ਕਰ ਰਹੇ ਨੇ ਅਮੈਰੀਕਨ ਫਿਲਮ ਮੇਕਰ ਜੌਸਨ ਸੰਦੀਪ, ਜਿਨ੍ਹਾਂ ਨੇ ਹਾਲੀਵੁੱਡ ਮੂਵੀਜ਼ ਲਾਈਕ ਸਕਾਈਫਾਲ, ਦ ਅਮੇਜ਼ਿੰਗ ਸਪਾਈਡਰਮੈਨ ਜਿਹੇ ਮੂਵੀਜ਼ ਦੇ ਵਿੱਚ ਐਜ਼ ਐਨ ਅਸਿਸਟੈਂਟ ਡਾਇਰੈਕਟਰ ਕੰਮ ਕੀਤਾ ਹੈ। ਇਹ ਮੂਵੀ ਕੁਲਦੀਪ ਮਾਣਕ ਦੇ 68th ਬਰਥਡੇ ਯਾਨੀ ਕਿ 15th ਨਵੰਬਰ ਨੂੰ ਰਿਲੀਜ਼ ਹੋਵੇਗੀ। ਸਾਨੂੰ ਤਾਂ ਹੁਣ ਬੇਸਬਰੀ ਨਾਲ ਇੰਤਜ਼ਾਰ ਹੈ ਕੁਲਦੀਪ ਮਾਣਕ ਦੀ ਇਸ ਬਾਇਓਪਿਕ ਦਾ, ਜਿਸ ਦੇ ਵਿੱਚ ਹੋ ਸਕਦਾ ਹੈ ਜੈਜ਼ੀ ਬੀ ਕੁਲਦੀਪ ਮਾਣਕ ਦਾ ਹੀ ਰੋਲ ਪਲੇ ਕਰਦੇ ਹੋਏ ਨਜ਼ਰ ਆਉਣਗੇ। ਟਿਲ ਦੈਨ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ ਕਿ ਤੁਸੀਂ ਇਸ ਮੂਵੀ ਕੁਲਦੀਪ ਮਾਣਕ ਦੀ ਬਾਇਓਪਿਕ ਦਾ ਕਿੰਨਾ ਇੰਤਜ਼ਾਰ ਕਰ ਰਹੇ ਹੋ। ਬਾਲੀਵੁੱਡ ਤੇ ਬਾਲੀਵੁੱਡ ਦੀ ਇੰਟਰਸਟਿੰਗ ਨਿਊਜ਼ ਦੇ ਨਾਲ ਜੁੜੇ ਰਹਿਣ ਲਈ ਸਾਡੇ ਯੂਟਿਊਬ ਚੈਨਲ gabru.com ਨੂੰ ਸਬਸਕ੍ਰਾਈਬ ਕਰੋ, ਤੇ ਥੱਲੇ ਦਿੱਤੇ ਬੈਲ ਆਈਕਨ ਨੂੰ ਨੋਟੀਫਿਕੇਸ਼ਨ ਦੇ ਲਈ ਜ਼ਰੂਰ ਪ੍ਰੈਸ ਕਰੋ। ਬਹੁਤ ਇੰਪੋਰਟੈਂਟ ਸੂਚਨਾ, ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗੱਬਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗੱਬਰੂ ਦੀ ਮੋਬਾਈਲ ਐਪ। ਹੁਣੇ ਇੰਸਟਾਲ ਕਰੋ ਗੱਬਰੂ ਐਪ, ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ।